ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਕਾਰ ਜਿਹੜੀ ਇੱਕ ਮੀਟਿੰਗ ਹੋਈ ਹੈ ਉਹ ਬੇਸਿੱਟ ਆ ਰਹੀ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਨੂੰ ਕਿਸੇ ਵੀ ਤਰੀਕੇ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੱਸਾਦਾਰੀ ਦੇਣ ਤੋਂ ਮਨਾ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਹੈ ਉਹ 3 ਜੂਨ ਨੂੰ ਹੋਈ ਸੀ, ਜਿਸ ਤੋਂ ਬਾਅਦ ਹਰਿਆਣਾ ਨੇ ਕਿਹਾ ਸੀ ਕਿ ਉਹਨਾਂ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਹੈ ਉਸ ਵਿੱਚ ਜਿਹੜੀ ਹੈ ਹਰਿਆਣਾ ਦੇ ਕਾਲਜਿਸ ਦੀ ਮਾਨਤਾ ਚਾਹੀਦੀ ਹੈ, ਜਿਸ ਨੂੰ ਲੈ ਕੇ ਇਹ ਮੀਟਿੰਗ ਅੱਜ ਫਿਰ ਬੁਲਾਈ ਗਈ ਸੀ, ਲੇਕਿਨ ਸੀਐਮ ਮਾਨ ਨੇ ਕੋਰੀ ਨਾ ਕਰ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਹਰਿਆਣਾ ਦੇ ਸ਼ੇਅਰ ਨੂੰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਚੱਲੀ। ਹਾਲਾਂਕਿ ਇਹ ਵੀ ਹੈ ਕਿ ਪੰਜਾਬ ਦੇ ਸੀਐਮ ਨੇ ਸਾਰੀ ਦਲੀਲਾਂ ਨੂੰ ਖਾਰਿਜ ਕੀਤਾ, ਹਿੱਸੇਦਾਰੀ ਦੇਣ ਤੋਂ ਮਨਾ ਕੀਤਾ। ਉਹਨਾਂ ਨੇ ਜਿਹੜਾ ਇਹ ਵੀ ਕਿਹਾ ਕਿ 1970 ਦੇ ਵਿੱਚ ਬੰਸੀ ਲਾਲ ਹਰਿਆਣਾ ਦੇ ਸੀਐਮ ਸੀਗੇ, ਉਹਨਾਂ ਨੇ ਆਪਣੀ ਮਰਜ਼ੀ ਤੋਂ ਹਰਿਆਣਾ ਦਾ ਜਿਹੜਾ ਹਿੱਸਾ ਹੈ ਯੂਨੀਵਰਸਿਟੀ ਤੋਂ ਕੱਢਿਆ ਸੀਗਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਾਲ ਕਾਲਜਿਸ ਨੂੰ ਐਫੀਲੇਟਿਡ ਕੀਤਾ ਸੀ। ਇਸ ਵਕਤ ਯੂਨੀਵਰਸਿਟੀ ਨੂੰ 40% ਫੰਡ ਪੰਜਾਬ ਦੇ ਰਿਹਾ। ਹਿਮਾਚਲ ਨੇ ਆਪਣੀ ਮਰਜ਼ੀ ਤੋਂ ਹਿੱਸੇਦਾਰੀ ਛੱਡੀ ਸੀ। ਇਸ ਤੋਂ ਬਾਅਦ PU ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਜਿਹੜੀ ਹੈ ਉਹ ਗੇਮ ਚੱਲੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਪੂਰੀ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਸਿਆਸਤ ਲੰਬੇ ਸਮੇਂ ਤੋਂ ਹੋਈ, ਪਿਛਲੀ ਸਰਕਾਰਾਂ ਨੇ ਇਸ ਉੱਤੇ ਸਿਆਸਤ ਕੀਤੀ ਹੈ। ਮਾਨ ਨੇ 26 ਅਗਸਤ 2008 ਦੀ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੀ ਚਿੱਠੀ ਦਿਖਾਈ, ਜਿਸ ਵਿੱਚ ਉਹਨਾਂ ਨੇ PU ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਉਹਨਾਂ ਨੂੰ ਓਬਜੈਕਸ਼ਨ ਨਹੀਂ ਹੈ, ਉਹ ਪੱਤਰ ਦਿਖਾਇਆ। ਉਹਨਾਂ ਨੇ ਕਿਹਾ ਕਿ ਪਹਿਲਾਂ ਇਹ ਲੋਕ ਚਾਹੁੰਦੇ ਸੀ ਕਿ ਪੰਜਾਬ ਯੂਨੀਵਰਸਿਟੀ ਜਿਹੜਾ ਉਹ ਸੈਂਟਰਲ ਜਿਹੜੀ ਯੂਨੀਵਰਸਿਟੀ ਬਣ ਜਾਏ, ਯਾਨੀ ਕਿ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਹੈ ਉਸ 'ਤੇ ਪੰਜਾਬ ਦਾ ਜਿਹੜਾ ਹੱਕ ਹੈ ਉਸ ਦੇ ਫੇਵਰ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਪਿਛਲੀਆਂ ਨਹੀਂ ਸੀਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੈਂ ਖੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਸੀ ਕਿ ਇਸ ਨੂੰ ਸੈਂਟਰਲ ਬਾਡੀ ਨਾ ਬਣਾਈ ਜਾਏ। ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ 30 ਜੂਨ 2022 ਨੂੰ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਕੇਂਦਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਹੈ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਵਿੱਚ ਦਖਲ ਅੰਦਾਜ਼ੀ ਕਰ ਸਕੇ। ਅਗਸਤ 2022 ਵਿੱਚ ਕਾਂਗਰਸ ਦੀ ਮਹਿਲਾ MLA ਹਰਿਆਣਾ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਏ ਸੀ ਕਿ ਹਰਿਆਣਾ ਦੇ ਕਾਲਜਿਸ ਨੂੰ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਦਿਵਾਈ ਜਾਵੇ, ਜਿਸ ਨੂੰ ਜਿਹੜਾ ਸਰਸਮਤੀ ਤੋਂ ਪਾਸ ਕੀਤਾ ਗਿਆ ਸੀ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਸ ਨੂੰ ਲੈ ਕੇ ਬਿਲਕੁਲ ਸਪਸ਼ਟ ਹੈ, ਸਾਡੇ ਵੱਲੋਂ ਕੋਰੀ ਨਾ ਆਏ। ਅਤੇ ਹੁਣ ਇਸ ਪੂਰੇ ਮਸਲੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮੀਟਿੰਗ ਹੋਏਗੀ। ਮੀਟਿੰਗ ਜਿਹੜੀ ਹੈ ਉਹ 3 ਜੁਲਾਈ ਨੂੰ ਸੱਦੀ ਗਈ ਹੈ ਸਵੇਰੇ 11 ਵਜੇ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਅਤੇ ਇਹ ਮਸਲਾ ਇੱਥੇ ਰੁਕਣ ਵਾਲਾ ਨਹੀਂ ਹੈ, ਕਿਉਂਕਿ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿੱਥੇ ਇੱਕ ਪਾਸੇ ਗ੍ਰਾਂਟ ਨੂੰ ਲੈ ਕੇ ਵੀ ਜਿਹੜਾ ਹੈ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਨੂੰ ਗ੍ਰਾਂਟ ਸਿਰਫ ਪੰਜਾਬ ਦੇ ਰਿਹਾ, ਬਾਕੀ ਹੋਰ ਕੋਈ ਨਹੀਂ ਦੇ ਰਿਹਾ, ਅਤੇ ਅਜਿਹੇ ਦੇ ਵਿੱਚ ਕਿਸ ਤਰੀਕੇ ਦਾ ਹੱਕ ਹਰਿਆਣਾ ਸਰਕਾਰ ਇਸ ਦੇ ਉੱਤੇ ਜਮਾ ਰਹੀ ਹੈ। ਦੇਖਣਾ ਹੀ ਹੋਵੇਗਾ ਕਿ ਆਖਿਰ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਹੈ ਜਾਂ ਫਿਰ ਨਹੀਂ। ਹੁਣ ਬੜਾ ਇੰਪੋਰਟੈਂਟ, ਬੜਾ ਮਹੱਤਵਪੂਰਨ ਕਾਗਜ਼ ਦਿਖਾਉਣ ਲੱਗਿਆ। ਮਾਣਯੋਗ ਸ਼੍ਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਚਿੱਠੀ ਮਨਮੋਹਨ ਸਿੰਘ ਜੀ ਨੂੰ ਛੱਬੀ ਅੱਠ 2008, ਦੁਬਾਰਾ ਦੱਸਾਂ, ਮਾਣਯੋਗ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਚਿੱਠੀ ਮਨਮੋਹਨ ਸਿੰਘ ਜੀ ਨੂੰ, ਸੈਂਟਰ ਸਰਕਾਰ ਨੂੰ, ਉਸ ਵੇਲੇ ਦੇ ਪ੍ਰਧਾਨ ਮੰਤਰੀ ਨੂੰ, ਉਸ ਵੇਲੇ ਦੇ ਮੁੱਖ ਮੰਤਰੀ ਨੇ ਲਿਖੀ। ਉਹਦਾ ਪੇਸ਼ਾ ਕੀ ਹੈ? ਨੋ ਓਬਜੈਕਸ਼ਨ ਸਰਟੀਫਿਕੇਟ ਫੋਰ ਗ੍ਰਾਂਟਿੰਗ ਸੈਂਟਰਲ ਸਟੇਟਸ ਟੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਇਹ ਲਿਖਿਆ ਜੀ ਉਹਨਾਂ ਨੇ ਕਿ ਸਾਨੂੰ ਕੋਈ ਓਬਜੈਕਸ਼ਨ ਨਹੀਂ, ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਚੰਡੀਗੜ੍ਹ ਦੇ। ਨਾਲ ਉਹਨਾਂ ਨੇ ਇਹ ਵੀ ਲਿਖਿਆ, ਕਹਿੰਦੇ ਆਈ ਐਮ ਹੇਅਰ ਬਾਏ ਐਡਵਾਈਜ਼ਡ ਟੂ ਦਾ ਕਨਵੇ ਦੈਟ ਦ ਸਟੇਟ ਗਵਰਨਮੈਂਟ ਆਫ ਪੰਜਾਬ ਹੈਜ਼ ਨੋ ਓਬਜੈਕਸ਼ਨ ਇਫ ਪੰਜਾਬ ਯੂਨੀਵਰਸਿਟੀ ਇਜ਼ ਮੇਡ ਸੈਂਟਰਲ ਯੂਨੀਵਰਸਿਟੀ। ਕਹਿੰਦੇ ਦਿਸ ਇਜ਼ ਨੋ ਓਬਜੈਕਸ਼ਨ ਸਰਟੀਫਿਕੇਟ ਇਜ਼ ਵਿਦਾਊਟ ਪ੍ਰਜੂਡਿਸ ਟੂ ਦਾ ਸਟੇਟ ਆਫ ਪੰਜਾਬ ਗੈਟਿੰਗ ਵਨ ਸੈਂਟਰਲ ਯੂਨੀਵਰਸਿਟੀ ਐਂਡ ਵਰਲਡ ਕਲਾਸ ਸੈਂਟਰਲ ਯੂਨੀਵਰਸਿਟੀ ਆਲਰੇਡੀ ਅਨਾਊਂਸਡ ਦਿਸ ਇਜ਼ ਫੋਰਵਰਡ ਟੂ ਫਰਦਰ ਨਸੈਸਰੀ ਐਕਸ਼ਨ ਪਲੀਜ਼। ਸੋ ਕਿਰਪਾ ਕਰਕੇ ਅਕਾਲੀ ਦਲ ਤਾਂ ਇਹ ਚੀਜ਼ ਚੋਂ ਨਿਕਲ ਜੇ ਬਾਹਰ।
उन्होंने जोड़े स्पोक्सपर्सन जी वो शाम 8 बजे तक जी डिबेटा डबूटा होनी गप गुप तैयार कर लैन कि यह कदों लिखी सी जी उदों ही लिखी सी जी उदों हालात ये जी जो मर्जी से यह चिट्ठी उन्होंने जारी कर दूंगा मीडिया में भी जारी कर देंगे 26/8/2008 प्रकाश सिंह बादल साहब उस वेले के तत्कालीन मुख्यमंत्री ने तत्कालीन प्रधानमंत्री ने लिखा कि सानू कोई ऑब्जेक्शन नहीं जी कि सेंटर यूनिवर्सिटी जी बनाता जाए जेडे कल मैं कहते मुख हरियाणा थोड़ा जहा सावधान ना मिले करो ये थोड़ा ऐ करना कृपा करके वो मैं ना दसन सावधानी कि वरतनी है क्योंकि ऑलरेडी वो ये जो सड़कों पर लिखा होंगे उन्होंने सही साबित कर चुके हैं कि सावधानी हटी दुर्घटना घटी तो इन्हों की सावधानी हट चुकी है दुर्घटना इनकी चिट्ठी घट चुकी है इंतजाम दो जी अकाली दल सामदो जी उधर रिटेनिंग स्टेटस ऑफ पंजाब यूनिवर्सिटी एज इंटर स्टेट बॉडी कोऑपरेट एज इनवॉल्व इन द पंजाब रीऑर्गनाइजेशन एक्ट 1966 असी चिट्ठी लिख रहे हैं अमित शाह जी लंबी चौड़ी चिट्ठी है कि जी इनू तुसीं सेंट्रल यूनिवर्सिटी बनाने की कोशिश ना करो ये इंटर स्टेट बॉडी है 1966 का जिहड़ा पंजाब जो पुनर्गठन होया सी उहदा जिहड़ा एक्ट है वो बदलाव एक धर्मेंद्र प्रधान जी उस वेले सीएम मिनिस्टर फिर अमित शाह जी से असी आ दो चिट्ठियां लिखियां उस तो बाद की होया जी असी विधानसभा दे विच 30/6/22 आ रेजोल्यूशन पास कर लिया जी विधानसभा पंजाब वो रेजोल्यूशन असी कहा कि कोशिशां हो रही ने कि पंजाब यूनिवर्सिटी की सैनेट के पंजाब यूनिवर्सिटी की गवर्निंग बॉडी के घुसपैठ की जा सके किसी न किस तरीके सेंटर की असी रेजोल्यूशन पास किया कि यह बिल्कुल सेम रहेगी बॉडी डिसीजन मेकिंग बॉडी कोई चेंज नहीं कर सकते स्ट्रक्चर कोई चेंज नहीं कर सकते इस करके ये जी इंटर स्टेट कारपोरेशन इंटर स्टेट बॉडी है वो इस तरह कायम रहेगी ये छेड़छाड़ नहीं की जा सकती असी रेजोल्यूशन पास कर लिया तो फिर असी क्या भी असी बिल्कुल किसी भी हालत असी अपनी यूनिवर्सिटी जी है अपनी यूनिवर्सिटी की जी सा लैगसी है उन्होंने बिल्कुल छेड़ना नहीं असी पंजाब यूनिवर्सिटी चंडीगढ़ जिदे चो बहुत वड़े वड़े कलाकार बहुत वड़े वड़े साहित्यकार बहुत वड़े वड़े पॉलिटिशियन बहुत वड़ी एलमनी इस यूनिवर्सिटी की हैगी है वकील ने बहुत वड़े वड़े देश दे उस यूनिवर्सिटी चो पढ़ के गए हैं बल्कि इन्ना जुड़े हुए ने वो इमोशनली कि उन्होंने बच्चे भी कोशिश करते हैं कि इस होस्टल का आ कमरा लईए इतने मेरे पापा जी रहिंदे हुंदे सी जां इतने मेरे दादा जी रह के पढ़े सो असी उन्हूं बिल्कुल हट नहीं होण देवांगे पंजाब सरकार वालों सीधा पक्ष है कि हरियाणा अपनी यूनिवर्सिटी भावें पंचकूले बना लो अंबाले बना लो यमुनानगर बना लो पर साढ़े को अपने 200 कॉलेजों होर ज़्यादा वधिया तरीके एजुकेशन देने लिए असी मंतव साढ़े एजुकेशन का है पर वो कहिंदे जी कहिंदे चलो पुरानी गलती इहनूं भुल जांदे आ जी गलती कीहड़ी जी दस दो भी वो कहिंदे जी किते इक फंक्शन दे विच बंसी लाल जी पहुँचे सी मुख्यमंत्री सी उधरों पंजाब दे मुख्यमंत्री सी उन्होंने कुर्सी बंसी लाल जी कि थले लाती स्टेज तेन लाई इस गल तो कहते अस तो अभी सड़ लाँगे अच्छी कहा जी फिर तुम हम कुर्सी असी तो नहीं लाई सी अस तो जमे भी नहीं है ना तो तुम्हें तो कहने हो कि पुरानी गलती उन्होंने सुधार लीए एस वाई एल च कहते ने पुराने कानून ने लागू कर लिए ये किमें हो जाएगा जी असं कोई हरियाणा के लोगों के विरोधी नहीं है मैनू दसिया गया कि 35% चंडीगढ़ पंजाब यूनिवर्सिटी पटियाला पंजाब यूनिवर्सिटी चंडीगढ़ 35% बच्चे हरियाणा के ने असी बच्चों नहीं रोकते पढ़न तो जो मर्जी यूपी तो भी आते हैं बच्चे तो साढ़े को राजस्थान तो भी आते हैं पर कॉलेज जिहड़े ऑलरेडी कुरुक्षेत्र यूनिवर्सिटी एफिलिएटेड ने तो उन्होंने पूछा जी हरियाणा के मुख्यमंत्री साहब ने बीसी साहिबानू पंजाब यूनिवर्सिटी चंडीगढ़ कि जी जी एफिलिएटेड होने का कितना खर्चा होंगे वो कहते जी कोई खास नहीं एग्जामीनेशन फीस होंगी है जो सिलेबस भेजना होंगे पेपर लेने होंगे बस और कोई खास गल नहीं ये कोई खास खर्चा नहीं होंगे वो कहते जी देखो जी मान साहब कोई खर्चा नहीं होंगे मैं जी बिल्कुल ठीक है कि तुम कुरुक्षेत्र यूनिवर्सिटी कर लो खर्चा तो होंगे नहीं उधरों क्यों उधर खर्चा होंगे जब उधर कोई फीस वध है सो उन्होंने कोई जवाब नहीं सी मेरे को जवाब सी कि साडा जवाब है।
ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਇੱਕ ਬੇਲੋੜੀ ਮੀਟਿੰਗ ਜਿਹੜੀ ਹੈ ਉਹ ਦੂਸਰੀ ਵਾਰੀ ਚੰਡੀਗੜ੍ਹ ਦੇ ਵਿੱਚ ਕਰਕੇ ਆਏ। ਵੈਸੇ ਤਾਂ ਸਾਨੂੰ ਸਮਝ ਨਹੀਂ ਲੱਗਿਆ, ਅਸੀਂ ਬੇਨਤੀ ਵੀ ਕੀਤੀ ਸੀ ਪਬਲਿਕਲੀ ਕਿ ਇਸ ਮੀਟਿੰਗ ਦੇ ਵਿੱਚ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਇਹਦਾ ਪੰਜਾਬ ਦੇ ਨਾਲ ਕੋਈ ਸੰਬੰਧ ਨਹੀਂ। ਪਰ ਪਿੱਛੋਂ ਕੇਜਰੀਵਾਲ ਦਾ ਹੁਕਮ ਹੁੰਦਾ ਜਦੋਂ ਹਰਿਆਣੇ ਦਾ ਕੋਈ ਫਾਇਦਾ ਹੋਣਾ ਹੋਵੇ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੜੇ ਸਖ਼ਤ ਆਦੇਸ਼ ਆ ਜਾਂਦੇ ਆ ਅਤੇ ਉਹਨਾਂ ਨੂੰ ਇਹੋ ਜਿਹੀਆਂ ਮੀਟਿੰਗਾਂ ਦੇ ਵਿੱਚ ਅਸੀਂ ਵੀ ਸਮਝਦੇ ਕਿ ਜਾਣਾ ਪੈਂਦਾ। ਮੀਟਿੰਗ ਤੋਂ ਬਾਅਦ ਆ ਕੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਮੈਨੂੰ ਅਫਸੋਸ ਹੈ ਕਿ ਉਹਦੇ ਵਿੱਚ ਕੋਈ ਸਿਲੈਕਟਿਵ ਡਾਕੂਮੈਂਟ ਜਿਹੜੇ ਆ ਉਹ ਪ੍ਰੈਸ ਨੂੰ ਦਿਖਾ ਕੇ ਉਸ ਮਹਾਨ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਖਿਲਾਫ ਚਿੱਕੜ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਅੱਜ ਇਸ ਦੁਨੀਆਂ ਦੇ ਵਿੱਚ ਵੀ ਨਹੀਂ ਹੈ। ਪਹਿਲਾਂ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਦਾ ਜਿਹੜਾ ਰੁਤਬਾ ਬਹੁਤ ਵੱਡਾ ਔਰ ਇਸ ਕੁਰਸੀ ਦੇ ਉੱਤੇ ਬਹਿ ਕੇ ਬੰਦਾ ਜਨਤਾ ਨੂੰ ਗੁੰਮਰਾਹ ਕਰੇ, ਝੂਠ ਬੋਲੇ, ਕੂਟ ਪ੍ਰਚਾਰ ਕਰੇ, ਛੋਟੇ ਛੋਟੇ ਰਾਜਨੀਤਿਕ ਲਾਹੇ ਲੈਣ ਵਾਸਤੇ ਉਹ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਉਹ ਸ਼ੋਭਾ ਨਹੀਂ ਦਿੰਦੇ। ਅੱਜ ਇਸ਼ੂ ਜਿਹੜਾ ਸੀ ਉਹ ਇਹ ਸੀ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਉਹਦੇ ਵਿੱਚ ਹਰਿਆਣਾ 45-46 ਸਾਲਾਂ ਬਾਅਦ ਦੁਬਾਰਾ ਆਪਣਾ ਹੱਕ ਜਿਤਾਉਣਾ ਚਾਹੁੰਦਾ, ਆਪਣੇ ਕਾਲਜ ਹਰਿਆਣੇ ਦੇ ਅਟੈਚ ਕਰਨੇ ਚਾਹੁੰਦਾ, ਜਿਹੜੇ ਕਾਲਜ ਉਹਨੇ ਆਪਣੀ ਮਰਜ਼ੀ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਵਿਦਡਰਾ ਕੀਤੇ ਸੀ ਔਰ ਆਪਣੀ ਮਰਜ਼ੀ ਦੇ ਨਾਲ ਪੰਜਾਬ ਯੂਨੀਵਰਸਿਟੀ ਦਾ ਫੰਡ ਬੰਦ ਕੀਤਾ ਸੀ। 45-46 ਸਾਲ ਇਸ ਗੱਲ ਨੂੰ ਬੀਤ ਗਏ ਪਰ ਅੱਜ ਹਰਿਆਣੇ ਦੀਆਂ ਜਿਹੜੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਵਧਾਇਆ ਜਾਵੇ, ਉਸ ਸਾਜਿਸ਼ ਤਹਿਤ ਜਿਹੜੀ ਉਹਨਾਂ ਨੇ ਇੱਕ ਸਕੀਮ ਬਣਾਈ ਹੈ, ਸਾਡੇ ਮੁੱਖ ਮੰਤਰੀ ਉਸ ਸਕੀਮ ਦਾ ਸ਼ਿਕਾਰ ਹੋ ਕੇ ਅਤੇ ਉਹਨਾਂ ਦੇ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਇਹਨਾਂ ਨੇ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਨ ਗਏ ਸੀ ਜਾਂ ਕੇਜਰੀਵਾਲ ਦੇ ਹੁਕਮਾਂ 'ਤੇ ਹਰਿਆਣੇ ਦੀ ਮਦਦ ਕਰਨ ਗਏ ਸੀ, ਕਿਉਂਕਿ ਹਰਿਆਣੇ ਦੇ ਖਿਲਾਫ਼ ਤਾਂ ਤੁਸੀਂ ਇੱਕ ਅੱਖਰ ਨਹੀਂ ਬੋਲੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਇਸ ਦੁਨੀਆਂ ਦੇ ਵਿੱਚ ਵੀ ਨਹੀਂ, ਪ੍ਰੈਸ ਕਾਨਫਰੰਸ ਆ ਗਈ ਤੁਸੀਂ ਉਹਨਾਂ ਦੇ ਖਿਲਾਫ਼ ਕੀਤੀ। ਇਹਦਾ ਮਤਲਬ ਹੈ ਕਿ ਤੁਸੀਂ ਕਨਫਿਊਜ਼ਨ ਕ੍ਰੀਏਟ ਕਰਕੇ ਅਤੇ ਹਰਿਆਣੇ ਨੂੰ ਜਿਹੜਾ ਉਹਦਾ ਬੈਨੀਫਿਟ ਦੇਣਾ ਚਾਹੁੰਦੇ ਹੋ ਕਿ ਦੇਖੋ ਮੈਂ ਤਾਂ ਹਰਿਆਣੇ ਦੇ ਉੱਥੇ ਗਿਆ ਜ਼ਰੂਰ ਸੀ ਮੀਟਿੰਗ 'ਚ, ਮੈਂ ਤਾਂ ਉਲਟਾ ਆ ਕੇ ਅਤੇ ਅਕਾਲੀ ਦਲ ਦੇ ਉੱਤੇ ਦੋਸ਼ ਲਾ ਦਿੱਤਾ ਅਤੇ ਤੁਹਾਡੇ ਜਿਹੜਾ ਮੈਂ ਕਾਊਂਟਰ ਕਰਨਾ ਸੀ ਉੱਥੇ ਮੈਂ ਨਹੀਂ ਕੀਤਾ, ਅਸੀਂ ਇਹ ਚਾਲ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਹੈ ਇਹਨੂੰ ਕੰਡੈਮ ਕਰਦੇ ਕਿਉਂਕਿ ਜਦੋਂ ਦੂਜੀ ਸਟੇਟ ਦੇ ਨਾਲ ਕੋਈ ਮਸਲਾ ਹੋਵੇ ਅਤੇ ਸਿਆਣਾ ਮੁੱਖ ਮੰਤਰੀ ਆਪਣਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦਾ ਔਰ ਦੂਜੇ ਪਾਸੇ ਜਿਹੜਾ ਮੈਰਿਟ ਦੇ ਉੱਤੇ ਆ ਉਹ ਆਪਣਾ ਕੇਸ ਜਿਹੜਾ ਸਟੇਟ ਦਾ ਉਹ ਦੂਜੀ ਸਟੇਟ ਦੇ ਪਾਸੇ ਰੱਖਦਾ, ਪਰ ਸਾਡੇ ਮੁੱਖ ਮੰਤਰੀ ਸਾਹਿਬ 'ਤੇ ਰਾਜਨੀਤੀ ਔਰ ਗੰਦੀ ਰਾਜਨੀਤੀ ਇੰਨੀ ਹਾਵੀ ਹੈ ਕਿ ਇਹਨਾਂ ਨੇ ਆਪਣੇ ਜਿਹੜੇ ਇੱਕ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਹੈ ਉਹਨਾਂ ਦੇ ਉੱਤੇ ਸੈਂਟਰਲ ਯੂਨੀਵਰਸਿਟੀ ਦਾ ਇੱਕ ਪੁਰਾਣੀ ਚਿੱਠੀ ਕੱਢ ਕੇ 2008 ਦੀ ਜਿਹਦਾ ਮੌਜੂਦਾ ਜਿਹੜਾ ਰੌਲਾ ਹਰਿਆਣੇ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਫਿਰ ਕਲੀਅਰ ਕਰਦਿਆਂ ਕਿ ਅੱਜ ਕੋਈ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਗੱਲ ਨਹੀਂ ਹੈ, ਅੱਜ ਇਸ਼ੂ ਹੈ ਕਿ ਹਰਿਆਣਾ ਚਾਹੁੰਦਾ 45 ਸਾਲਾਂ ਬਾਅਦ ਫਿਰ ਆਪਣੇ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਟੈਚ ਕਰਕੇ ਅਤੇ ਆਪਣਾ ਚੰਡੀਗੜ੍ਹ ਦੇ ਵਿੱਚ ਹਿੱਸੇਦਾਰੀ ਵਧਾਈ ਜਾਵੇ, ਅੱਜ ਇਸ਼ੂ ਇਹ ਹੈ। ਪਹਿਲਾਂ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਵੀ ਤੁਸੀਂ ਇਹ ਤਾਂ ਦੱਸਿਆ ਕਿ ਬਾਦਲ ਸਾਹਿਬ ਨੇ ਇੱਕ ਚਿੱਠੀ ਲਿਖੀ ਸੀ 2008 ਦੇ ਵਿੱਚ NOC ਦੇਣ ਵਾਸਤੇ ਇੱਕ ਸੈਂਟਰਲ ਯੂਨੀਵਰਸਿਟੀ ਬਣਾਈ ਜਾਵੇ, ਉਹਦੀ ਬੈਕਗ੍ਰਾਊਂਡ ਤੁਸੀਂ ਦੱਸਣ ਦੀ ਕੋਸ਼ਿਸ਼ ਵੀ ਕੀਤੀ, ਤੁਹਾਡੇ ਕੋਲ ਰਿਕਾਰਡ ਸਾਰਾ,
ਔਰ ਨਾਲ ਦੀ ਨਾਲ ਤੁਸੀਂ ਇਹ ਨਹੀਂ ਦੱਸਿਆ ਕਿ 5 ਦਿਨਾਂ ਬਾਅਦ ਜਦੋਂ ਪੰਜਾਬ ਦੇ ਸਾਡੇ ਬੁੱਧੀਜੀਵੀ ਵਰਗ ਨੇ ਔਰ ਕੇਂਦਰ ਨੇ ਸਾਡੀਆਂ ਸ਼ਰਤਾਂ ਪ੍ਰਵਾਨ ਨਹੀਂ ਸੀ ਕੀਤੀਆਂ ਤੇ 5 ਦਿਨਾਂ ਬਾਅਦ ਉਹ ਚਿੱਠੀ ਵਾਪਸ ਵੀ ਹੋ ਗਈ ਸੀ ਕਿ ਇਹ ਮੁੱਖ ਮੰਤਰੀ ਨੂੰ ਸ਼ੋਭਾ ਦਿੰਦਾ ਕਿ 15 ਸਾਲਾਂ ਬਾਅਦ ਇੱਕ ਚਿੱਠੀ ਦਿਖਾ ਦਿਓ ਤੇ ਬੇਈਮਾਨੀ ਐਡੀ ਹੈ ਕਿ 5 ਦਿਨਾਂ ਬਾਅਦ ਉਹਦੇ ਬਾਅਦ ਇੱਕ ਹੋਰ ਚਿੱਠੀ ਗਈ ਉਹ ਚਿੱਠੀ ਨੂੰ ਤੁਸੀਂ ਦਿਖਾ ਰਹੇ ਤੇ ਇਸ ਤੋਂ ਵੱਡੀ ਬੇਈਮਾਨੀ ਕੀ ਹੋਊਗੀ ਜੀ ਤੁਹਾਡੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਲਈ ਕਲੀਅਰ ਕਰਨਾ ਚਾਹੁੰਦਾ ਕਿ ਉਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਐਜੀਟੇਸ਼ਨ ਚੱਲ ਰਿਹਾ ਸੀ ਸਾਰੇ ਪ੍ਰੋਫੈਸਰ ਸਾਹਿਬਾਨ ਦਾ ਉਹਦੇ 'ਚ ਵਿਦਿਆਰਥੀ ਵੀ ਸਪੋਰਟ ਕਰ ਰਹੇ ਸੀ ਔਰ ਉਹ ਚਾਹੁੰਦੇ ਸੀ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀ ਇਹ ਚਾਹੁੰਦੇ ਸੀ ਕਿ ਸਾਡੀ ਉਹ ਮਦਦ ਕਰਨ ਨੂੰ ਤਿਆਰ ਨੇ ਇਹਨੂੰ ਉਹ ਜਿਹੜਾ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦੇਣ ਨੂੰ ਤਿਆਰ ਨੇ ਪਰ ਪੰਜਾਬ ਗੌਰਮੈਂਟ ਲਿਖ ਕੇ ਸਪਸ਼ਟ ਕਰ ਦਿੱਤਾ ਉਹਨਾਂ ਦਾ ਮਕਸਦ ਇਹ ਸੀ ਕਿ ਉਹਦੇ ਨਾਲ ਟੀਚਰਾਂ ਦੀ ਰਿਟਾਇਰਮੈਂਟ ਏਜ 65 ਸਾਲ ਹੋ ਜਾਏਗੀ ਜਿਹੜੇ PhD ਅਤੇ MPhil ਦੇ ਵਿਦਿਆਰਥੀ ਨੇ ਉਹਨਾਂ ਦੇ ਸਕਾਲਰਸ਼ਿਪ ਬਹੁਤ ਵੱਡੇ ਜਿਹੜੇ 15 ਤੋਂ 20 ਹਜ਼ਾਰ ਤੱਕ ਉਹਨਾਂ ਨੂੰ ਮਿਲ ਲੱਗ ਜਾਣਗੇ ਪੰਜਾਬ ਦੇ ਸਾਰੇ ਕਾਲਜਾਂ ਨੂੰ ਉਹਨਾਂ ਦਾ ਤਰਕ ਸੀ ਕਿ ਫਾਇਦਾ ਹੋਊਗਾ ਔਰ ਨਾਲ ਉਹਨਾਂ ਨੂੰ ਸੀ ਕਿ ਰਿਸਰਚ ਉਹਦੇ ਨਾਲ ਪ੍ਰਮੋਟ ਹੋਏਗੀ ਇਹ ਗੱਲ ਕਹਿ ਕੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਕੋਲ ਉਹਨਾਂ ਦਾ ਡੈਲੀਗੇਸ਼ਨ ਆਇਆ ਸੀ ਅਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਇਹ ਲਿਖ ਕੇ ਸਿਫਾਰਸ਼ ਕਰ ਦਿਓ ਅਤੇ ਜਿਹੜੀ ਹੈ ਇਹ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਮਿਲ ਜਾਏ ਸਾਨੂੰ ਫਾਇਦਾ ਪਰ ਬਾਦਲ ਸਾਹਿਬ ਸਿਆਣੇ ਸੀ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਨਾਲ ਸਾਡਾ ਚੰਡੀਗੜ੍ਹ ਦਾ ਕਲੇਮ ਵੀ ਜੁੜਿਆ ਹੋਇਆ ਉਹਨਾਂ ਨੇ 4 ਚੀਜ਼ਾਂ ਉਹਦੇ ਨਾਲ ਲਿਖੀਆਂ ਸੀ ਜਿਹੜੀ ਚਿੱਠੀ ਮੁੱਖ ਮੰਤਰੀ ਸਾਹਿਬ ਨੇ ਲਿਖੀ ਹੈ ਅੰਗਰੇਜ਼ੀ 'ਚ ਹੈ ਉਹਨਾਂ ਨੇ ਪੜ੍ਹੀ ਨਹੀਂ ਹੋਣੀ ਉਹਦੇ ਵਿੱਚ ਹੀ ਲਿਖਿਆ ਹੋਣੀ ਇਹੀ ਚਿੱਠੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਾਦਲ ਸਾਹਿਬ ਦੀ ਇਹ 5 ਦਿਨਾਂ ਬਾਅਦ ਚਿੱਠੀ ਵੀ ਵਾਪਸ ਹੋ ਗਈ ਹੈ ਪਰ ਇਸੇ ਚਿੱਠੀ 'ਚੋਂ ਮੈਂ ਪੜ੍ਹ ਕੇ ਸੁਣਾਉਂਦਾ 4 ਸ਼ਰਤਾਂ ਕਿਹੜੀਆਂ ਸੀ ਕਿ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਰਹੇ ਪਹਿਲੀ ਗੱਲ ਦੂਜੀ ਗੱਲ ਸੀ ਕਿ ਜਿਹੜੇ ਸਿੰਡੀਕੇਟ ਅਤੇ ਸੈਨੇਟ ਦੇ ਮੈਂਬਰਾਂ ਦੀ ਗਿਣਤੀ ਹੈ ਉਹ ਜਿਵੇਂ ਹੁਣ ਹੈ ਉਹ ਤਬਦੀਲੀ ਨਹੀਂ ਹੋਊਗੀ ਕਿਉਂਕਿ ਉਹਦੇ 'ਚ ਹਰਿਆਣੇ ਅਤੇ ਹਿਮਾਚਲ ਦਾ ਕੋਈ ਮੈਂਬਰ ਨਹੀਂ ਹੈਗਾ ਉਹ ਆਪਣੇ ਕਾਲਜ ਕੱਢ ਚੁੱਕੇ ਆ ਇਸ ਕਰਕੇ ਬਾਦਲ ਸਾਹਿਬ ਨੇ ਸਿਆਣਪ ਨਾਲ ਹੀ ਲਿਖ ਦਿੱਤਾ ਸੀ ਕਿ ਸਿੰਡੀਕੇਟ ਅਤੇ ਸੈਨੇਟ ਦੇ ਮੈਂਬਰਾਂ ਦੀ ਗਿਣਤੀ ਦੇ ਵਿੱਚ ਕੋਈ ਫਰਕ ਨਹੀਂ ਹੋਊਗਾ ਤੀਸਰੀ ਕੰਡੀਸ਼ਨ ਸੀ ਕਿ ਪੰਜਾਬ ਦੇ ਕਾਲਜ ਜਿਵੇਂ ਅਟੈਚਡ ਹੈ ਉਵੇਂ ਰਹਿਣਗੇ ਕੋਈ ਹਰਿਆਣੇ ਦਾ ਕਾਲਜ ਅਟੈਚ ਨਹੀਂ ਸੀ ਕੋਈ ਹਿਮਾਚਲ ਦਾ ਅਟੈਚ ਨਹੀਂ ਸੀ ਜਿਹੜੀ ਅੱਜ ਕੋਸ਼ਿਸ਼ ਹੋ ਰਹੀ ਹੈ ਉਹ ਬਾਦਲ ਸਾਹਿਬ ਨੇ 15 ਸਾਲ ਪਹਿਲਾਂ ਉਸੇ ਚਿੱਠੀ 'ਚ ਲਿਖੀ ਹੈ ਸ਼੍ਰੀਮਾਨ ਜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜਿਹੜੀ ਤੁਸੀਂ ਜਾਰੀ ਕੀਤੀ ਹੈ ਪਹਿਲਾਂ ਡਾਕੂਮੈਂਟ ਪੜ੍ਹ ਲਿਆ ਕਰੋ ਉਹਦੇ ਵਿੱਚ ਹੀ ਲਿਖਿਆ ਸੀ ਕਿ ਕੋਈ ਜਿਹੜੇ ਕਾਲਜਾਂ ਦੀ ਕੰਸਟੀਟਿਊਸ਼ਨ ਆ ਉਹ ਉਸੇ ਤਰ੍ਹਾਂ ਰਹੇਗੀ ਔਰ ਚੌਥੀ ਕੰਡੀਸ਼ਨ ਸੀ ਕਿ 2 ਕੇਂਦਰ ਦੀਆਂ ਯੂਨੀਵਰਸਿਟੀਆਂ ਕੇਂਦਰ ਸਰਕਾਰ ਨੇ ਅਨਾਊਂਸ ਕੀਤੀਆਂ ਸੀ ਪੰਜਾਬ ਵਾਸਤੇ ਇੱਕ ਸੈਂਟਰਲ ਯੂਨੀਵਰਸਿਟੀ ਇੱਕ ਉਹਦੇ ਨਾਲ ਵਰਲਡ ਯੂਨੀਵਰਸਿਟੀ ਵੀ ਇਹ 2 ਯੂਨੀਵਰਸਿਟੀਆਂ ਵੱਖਰੀਆਂ ਨੇ ਇਹਨੂੰ ਕਿਤੇ ਚੰਡੀਗੜ੍ਹ ਵਾਲੀ 'ਚ ਨਾ ਮਿਲਣ ਲੱਗ ਜਾਓ ਪੰਜਾਬ ਯੂਨੀਵਰਸਿਟੀ ਨਾਲ ਇਹ ਲਿਖਿਆ ਹੋਇਆ ਪ੍ਰੋਵਾਈਡਡ ਦੇਰ ਇਜ਼ ਨੋ ਚੇਂਜ ਇਨ ਦੀ ਐਗਜਿਸਟਿੰਗ ਰਿਪ੍ਰੈਜੈਂਟੇਸ਼ਨ ਆਫ ਪੰਜਾਬ ਇਨ ਦੀ ਸਟੈਚੂਟਰੀ ਬਾਡੀਜ਼ ਸਟੈਚੂਟਰੀ ਬਾਡੀਜ਼ ਕਿਹੜੀਆਂ ਕਿਹੜੀਆਂ ਜਿਹੜੀ ਸਿੰਡੀਕੇਟ ਅਤੇ ਸੈਨੇਟ ਪੰਜਾਬ ਕੋਲ ਇਹੀ ਕੰਟਰੋਲ ਆ ਹੋਰ ਕੋਈ ਕੰਟਰੋਲ ਨਹੀਂ ਬਾਕੀ ਦਾ ਕੇਂਦਰ ਕੋਲ ਪਹਿਲਾਂ ਹੀ ਇਹਦਾ ਕੰਟਰੋਲ ਹੈ ਇਸ ਯੂਨੀਵਰਸਿਟੀ ਦਾ ਇਹਦਾ ਚਾਂਸਲਰ ਵੀ ਜਿਹੜਾ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਇਹਦਾ ਵਾਈਸ ਚਾਂਸਲਰ ਵੀ ਗੌਰਮੈਂਟ ਆਫ ਇੰਡੀਆ ਅਪਾਇੰਟ ਕਰਦੀ ਹੈ ਸਾਡੇ ਕੋਲ ਸਟੈਚੂਟਰੀ ਕੰਟਰੋਲ ਸਿਰਫ ਸਿੰਡੀਕੇਟ ਅਤੇ ਸੈਨੇਟ ਦੇ ਵਿੱਚ ਸਾਡੇ ਮੈਂਬਰ ਹੈ ਔਰ ਬਾਦਲ ਸਾਹਿਬ ਨੇ ਉਦੋਂ ਲਿਖਿਆ ਸੀ ਪ੍ਰੋਵਾਈਡਡ ਦੇਰ ਇਜ਼ ਨੋ ਚੇਂਜ ਇਨ ਦਾ ਐਗਜਿਸਟਿੰਗ ਰਿਪ੍ਰੈਜੈਂਟੇਸ਼ਨ ਆਫ ਪੰਜਾਬ ਇਨ ਦਾ ਸਟੈਚੂਟਰੀ ਬਾਡੀ ਦੂਜਾ ਜਿਹੜਾ ਮੈਂ ਕਿਹਾ ਸੀ ਕਿ ਕਾਲਜ ਅਟੈਚ ਰਹਿਣਗੇ ਇਹਦੇ ਵਿੱਚ ਲਿਖਿਆ ਸੀ ਐਜ਼ ਵੈਲ ਐਜ਼ ਦੀ ਪ੍ਰੋਵੀਜ਼ਨ ਆਫ ਕੰਟੀਨਿਊਸ਼ਨ ਆਫ ਅਫੀਲੀਏਸ਼ਨ ਬੀਇੰਗ ਗਿਵਨ ਟੂ ਦਾ ਕਾਲਜਸ ਆਫ ਦੀ ਸਟੇਟ ਦੋਨੇ ਚੀਜ਼ਾਂ ਤੀਜੀ ਜਿਹੜੀ ਹੈਗੀ ਹੈ ਨੋ ਓਬਜੈਕਸ਼ਨ ਸਰਟੀਫਿਕੇਟ ਇਜ਼ ਵਿਦਆਊਟ ਪ੍ਰੈਜੁਡਿਸ ਟੂ ਦਾ ਸਟੇਟ ਆਫ ਪੰਜਾਬ ਗੈਟਿੰਗ 1 ਸੈਂਟਰ ਐਂਡ 1 ਵਰਲਡ ਯੂਨੀਵਰਸਿਟੀ ਇਸ ਕਰਕੇ ਭਗਵੰਤ ਮਾਨ ਜੀ ਬਾਦਲ ਸਾਹਿਬ ਤਾਂ ਤੁਹਾਡੇ ਤੋਂ ਬਹੁਤ ਸਿਆਣੇ ਸੀ ਪੰਜਾਬ ਦੇ ਹਿੱਤ ਉਹਨਾਂ ਵਾਸਤੇ ਪਹਿਲਾਂ ਸੀ ਪਰ ਇਹਦੇ ਬਾਵਜੂਦ ਵੀ ਜਦੋਂ ਸਾਡੇ ਪੰਜਾਬ ਦੇ ਬੁੱਧੀਜੀਵੀ ਵਰਗ ਨੇ ਕੁਛ ਹੋਰ ਪੰਜਾਬ ਹਿਤੈਸ਼ੀਆਂ ਨੇ ਕਿਹਾ ਕਿ ਨਹੀਂ ਜੀ ਆਪਾਂ ਰਿਸਕ ਲਓ ਹੀ ਨਾ ਹਾਲੇ ਕਿ ਇਹਦੇ 'ਚ ਰਿਸਕ ਕੋਈ ਰਹਿ ਨਹੀਂ ਗਿਆ ਸੀ ਪਰ ਉਹਨਾਂ ਨੇ ਕਿਹਾ ਨਾ ਲਓ ਦੂਜਾ ਕੇਂਦਰ ਨੂੰ ਵੀ ਲੜਕਣ ਲੱਗ ਗਿਆ ਕਿ ਇਹਨਾਂ ਸ਼ਰਤਾਂ ਨਾਲ ਤਾਂ ਸਾਨੂੰ ਤਾਂ ਮਿਲਿਆ ਕਿ ਕਦੇ ਪੈਸੇ ਦੇਣੇ ਪੈਣਗੇ ਬਾਕੀ ਤਾਂ ਸਾਰਾ ਕੁਛ ਹੀ ਪੰਜਾਬ ਵਾਲਿਆਂ ਨੇ ਪਹਿਲਾਂ ਕਿਹਾ ਕਿ ਆਹ ਸਾਡੀਆਂ ਸ਼ਰਤਾਂ ਨੇ ਉਹ ਵੀ ਦੇਣ ਨੂੰ ਤਿਆਰ ਨਹੀਂ ਸੀ ਅਤੇ ਫਿਰ 1 ਤਰੀਕ ਨੂੰ 5 ਦਿਨਾਂ ਬਾਅਦ 26 ਤਰੀਕ ਨੂੰ 26 ਅਗਸਤ ਨੂੰ ਚਿੱਠੀ ਲਿਖੀ ਸੀ ਅਤੇ 1 ਅਗਸਤ ਨੂੰ ਜਿਹੜੀ ਹੈ ਚਿੱਠੀ ਬਾਦਲ ਸਾਹਿਬ ਨੇ ਵਾਪਸ ਕਰ ਲਈ
ਜਿਹੜੀ ਭਗਵੰਤ ਮਾਨ ਜੀ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੇਈਮਾਨੀ ਕਰਕੇ ਨਹੀਂ ਦੱਸਿਆ, ਉਹਨਾਂ ਨੂੰ ਦੱਸਣਾ ਚਾਹੀਦਾ ਸੀ, ਕਿਉਂਕਿ ਜਦੋਂ ਰਿਕਾਰਡ ਪੇਸ਼ ਕਰਨਾ ਹੋਵੇ ਤਾਂ ਸਾਰੀ ਗੱਲ ਪੇਸ਼ ਕਰਨੀ ਚਾਹੀਦੀ ਹੈ। ਉਹ ਚਿੱਠੀ ਉਹਨਾਂ ਨੂੰ ਜਿਹੜੀ ਵਿੰਡਰਾਂ ਵਾਲੀ ਨਹੀਂ ਦੱਸੀ ਗਈ। ਇਸ ਕਰਕੇ 5 ਦਿਨਾਂ ਬਾਅਦ ਸਿਰਫ ਲੋਕਾਂ ਦੀਆਂ ਭਾਵਨਾਵਾਂ ਕਰਕੇ, ਪੰਜਾਬੀ ਹਮਾਇਤੀਆਂ ਦੀਆਂ ਭਾਵਨਾਵਾਂ ਕਰਕੇ ਇਹ ਜਿਹੜੀ ਚਿੱਠੀ ਹੈ ਉਹ ਵਾਪਸ ਹੋਈ। ਪਰ ਭਗਵੰਤ ਮਾਨ ਜੀ, ਮੈਂ ਤੁਹਾਨੂੰ ਪੁੱਛਦਾ ਕਿ ਆਹ ਜਿਹੜਾ ਹਰਿਆਣੇ ਦੇ ਜਿਸ ਦਿਨ ਵੱਖਰੀ ਜ਼ਮੀਨ ਮੰਗੀ ਸੀ, ਆਹ ਤੁਹਾਡਾ ਟਵੀਟ ਹੈ, ਇਹਦਾ ਹੁਣ ਧਿਆਨ ਰੱਖਿਓ, ਇਹ 9 ਜੁਲਾਈ 2022 ਨੂੰ ਸੀ। ਤੁਸੀਂ ਕੀ ਲਿਖਿਆ ਸੀ? ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਹਰਿਆਣਾ ਦੀ ਤਰਜ਼ 'ਤੇ ਸਾਡੇ ਪੰਜਾਬ ਲਈ ਵੀ ਆਪਣੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿੱਚ ਜ਼ਮੀਨ ਅਲਾਟ ਕੀਤੀ ਜਾਵੇ। ਚੰਡੀਗੜ੍ਹ ਕਿਹਦਾ ਜੀ? ਮੁੱਖ ਮੰਤਰੀ ਸਾਹਿਬ ਨੂੰ ਪੁੱਛੋ, ਚੰਡੀਗੜ੍ਹ ਕਿਹਦਾ? ਮਾਲਕ ਜਾ ਕੇ ਜ਼ਮੀਨ ਮੰਗ ਰਿਹਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ, ਹਰਿਆਣੇ ਦਾ ਕੇਸ ਤਕੜਾ ਕਰਨ ਵਾਸਤੇ, ਅਤੇ ਇਹ ਤਾਂ ਹਾਲੇ ਤੱਕ ਵੇਟਰਾ ਨਹੀਂ ਹੋਇਆ।